एक होर नवा घोटाला जिहड़ा कि श्रोमणी अकाली दल वल्लों चुकिया गया, वह नकली बीज घोटाले का चुकिया गया। लगातार अकाली दल दे वल्लों आवाज़ उठाई जा रही है, किसानों ने जो बीज स्टोर ने उत्थे अजिहे बीज किसानों नूं वेचे जा रहे ने जिन्हां नूं हाले तक पंजाब खेतीबाड़ी यूनिवर्सिटी ने प्रमाणित ही नहीं किया, यानी कि लाइसेंस नहीं मिले। पंजाब के DGP दिनकर गुप्ता ने इस पूरे मामले की जांच लई एक SIT यानी कि सैट बिठा दिती है, तो यही हुण जिहड़ा इस पूरे मामले की जांच करेगी। एक गिरफ्तारी भी अज इस मामले दे विच हुई है, किस दी शै इन्हां नूं प्राप्त सी अते किस तरीके दे नाल इह जिहड़े नकली बीज ने ਉਹ ਬਾਜ਼ਾਰਾਂ ਦੇ ਵਿੱਚ ਲਿਆ ਕੇ ਕਿਸਾਨਾਂ ਨੂੰ ਵੇਚ ਰਹੇ ਸੀ। ਇਸ ਮਸਲੇ ਕਿਉਂਕਿ ਸਰਕਾਰ ਹਮੇਸ਼ਾ ਤੋਂ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਬਾਰੇ ਬਹੁਤ ਕੁਝ ਸੋਚ ਰਹੇ ਹਾਂ। ਇੱਕ ਪਾਸੇ ਕਿਸਾਨ ਜਿਹੜੇ ਗੰਨਾ ਕਾਸ਼ਤਕਾਰ ਨੇ ਉਹਨਾਂ ਨੂੰ ਕਈ ਸਾਲ ਹੋ ਗਏ ਉਹਨਾਂ ਦੀ ਜਿਹੜੀ ਫਸਲ ਆ ਉਹਦਾ ਪੈਸਾ ਹੀ ਨਹੀਂ ਮਿਲਿਆ। ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਤੁਹਾਨੂੰ ਯਾਦ ਹੋਣਾ ਕਿ ਨਕਲੀ ਜਿਹੜਾ ਪੈਸਟੀਸਾਈਡ ਸੀ ਉਹਦਾ ਵੀ ਜਿਹੜਾ ਘੁਟਾਲੇ ਦੀ ਗੱਲ ਸਾਹਮਣੇ ਆਈ ਸੀ, ਉਦੋਂ ਕਾਂਗਰਸ ਵਿਰੋਧੀ ਧਿਰ ਵਜੋਂ ਸੀ ਅਤੇ ਕਾਂਗਰਸ ਨੇ ਵੀ ਬੜਾ ਉਦੋਂ ਰੌਲਾ ਪਾਇਆ ਸੀ ਕਿ ਕਿਸਾਨਾਂ ਦੇ ਨਾਲ ਠੱਗੀ ਵੱਜ ਰਹੀ ਹੈ ਸਰਕਾਰ ਦੇ ਰਾਜ ਦੇ ਵਿੱਚ। ਬਿਲਕੁਲ ਠੀਕ ਇਸੇ ਤਰ੍ਹਾਂ ਹੀ ਹੁਣ ਅਕਾਲੀ ਦਲ ਉਹੀ ਭੂਮਿਕਾ ਨਿਭਾ ਰਿਹਾ। ਇਸ ਬੰਦੇ ਨੂੰ ਪਿਛਲੇ ਸਾਲ ਜਿਹੜਾ ਹੈਗਾ ਉਹ ਵੀ ਦਿੱਤਾ ਗਿਆ ਸੀ, ਕਿਉਂਕਿ ਕੋਈ ਵੀ ਜਦੋਂ ਯੂਨੀਵਰਸਿਟੀ ਜਾਂ ਕੋਈ ਵੀ ਜਿਹੜਾ ਅਦਾਰਾ ਹੁੰਦਾ ਹੈ ਉਹ ਕਿਸੇ ਵੀ ਚੀਜ਼ ਨੂੰ ਪਹਿਲੇ ਮਤਲਬ ਕਿ ਬਾਜ਼ਾਰ 'ਚ ਲਿਆਉਣ ਤੇ ਪਹਿਲਾਂ ਟਰਾਇਲ ਲੈਣ ਵਾਸਤੇ ਇਹਨਾਂ ਨੂੰ ਬੀਜ ਦਿੱਤਾ ਗਿਆ ਸੀ ਥੋੜ੍ਹਾ ਜਿਹਾ, ਕਿ ਤੁਸੀਂ ਬੀਜ ਕੇ ਦੇਖੋ ਵੀ ਇਹਦੀ ਖੇਤੀ ਕਿਵੇਂ ਦੀ ਹੋਏਗੀ, ਉਪਜ ਕਿਵੇਂ ਦੀ ਹੁੰਦੀ ਹੈ, ਕਿੰਨਾ ਜਿਹੜਾ ਹੈ ਇਹਦੇ 'ਚੋਂ ਨਿਕਲ ਸਕਦੀ ਹੈ, ਜਿਹੜੀ ਉਪਜ ਹੈਗੀ ਹੈ ਪ੍ਰੋਡਿਊਸ ਕਿੰਨੀ ਹੋਏਗੀ। ਪਰ ਇਹਨਾਂ ਇਸ ਬੰਦੇ ਨੇ ਫਿਰ ਜਾ ਕੇ ਉਹ ਬਰਾੜ ਸਟੋਰ 'ਤੇ ਵੇਚ ਦਿੱਤਾ ਅੱਗੇ ਬਿਨਾਂ ਆਥੋਰਾਈਜੇਸ਼ਨ ਦੇ। एक बार फिर तो स्वागत है जी तुहाडे सारयां दा प्रोग्राम ग्लोबल गलबात दे विच, मेरे नाल रौवरिंदर सिंह दे नाल। तुसीं पिछले लगातार अद्धे घंटे तो जुड़े हुए हो ते असीं वख-वख मुद्दयां ते चर्चा कर रहे हैं। इस प्रोग्राम दे विच तुसीं भी हिस्सा लै सकदे हो, तुसीं सानूं कॉल कर सकदे हो। जेकर तुसीं भारत तो कॉल करना चाह रहे हो तो पटियाला दा कोड नंबर 01755056 ते ਤੁਸੀਂ ਸਾਨੂੰ ਸਾਡੇ ਪਟਿਆਲਾ ਦੇ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ ਅਤੇ ਸਿੱਧੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਸਵਾਲ ਅਤੇ ਵਿਚਾਰ ਰੱਖ ਸਕਦੇ ਹੋ। ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਭਾਰਤ ਤੋਂ ਬਾਹਰ ਕਿਸੇ ਵੀ ਹੋਰ ਦੂਸਰੇ ਦੇਸ਼ ਤੋਂ ਕਾਲ ਕਰਦੇ ਹੋ ਤਾਂ ਸਾਡਾ ਇੰਟਰਨੈਸ਼ਨਲ ਨੰਬਰ ਹੈ 201-301-2785। ਨੰਬਰ ਇੱਕ ਵਾਰ ਫਿਰ ਸੁਣ ਲਓ, 201-301-2785 ਅਤੇ ਤੁਸੀਂ ਕਾਲ ਵਿਦੇਸ਼ਾਂ ਤੋਂ ਜੇਕਰ ਤੁਸੀਂ ਉੱਥੇ ਰਹਿ ਰਹੇ ਹੋ ਤਾਂ ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ। ਸੋ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਲਗਾਤਾਰ ਗੱਲ ਇਹੀ ਕਰ ਰਹੇ ਸੀ, ਗੱਲ ਕਰੋਨਾ ਵਾਇਰਸ ਦੀ ਵੀ ਹੋ ਰਹੀ ਸੀ ਅਤੇ ਲੇਕਿਨ ਗੱਲ ਘੁਟਾਲਿਆਂ ਦੀ ਵੀ ਹੋ ਰਹੀ ਸੀ, ਮਾਫੀਆ ਦੀ ਵੀ ਹੋ ਰਹੀ ਸੀ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਫੀਆ ਅਨੇਕਾਂ ਹੀ ਮਾਫੀਆ ਬਣ ਗਏ ਨੇ, ਵਾਰ ਵਾਰ ਇਹਨਾਂ ਮਾਫੀਆ ਦਾ ਨਾਂ ਲੈਣਾ ਵੀ ਹੁਣ ਤਾਂ ਠੀਕ ਨਹੀਂ ਸਮਝਿਆ ਜਾਂਦਾ, ਕਿਉਂਕਿ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਮਾਫੀਆ ਕਿਸ ਤਰ੍ਹਾਂ ਦੀ ਦਾ ਸਥਾਨ ਰੱਖਦੇ ਨੇ, ਕਿਸ ਤਰ੍ਹਾਂ ਦੀ ਜਿਹੜੀ ਆ ਲੁੱਟ ਹੈ ਉਹ ਮਚਾ ਰਹੇ ਨੇ, ਅਤੇ ਲਗਾਤਾਰ ਸਰਕਾਰ ਹੈ ਉਹ ਆਪਣੀਆਂ ਅੱਖਾਂ ਬੰਦ ਕਰਕੇ ਬੈਠੀ ਹੈ ਅਤੇ ਅਜਿਹੇ ਮਾਫੀਏ ਲਗਾਤਾਰ ਲੋਕਾਂ ਦੀਆਂ ਜੋ ਮਿਹਨਤ ਦੀ ਕਮਾਈ ਹੈ ਉਸ ਨੂੰ ਲੁੱਟ ਰਹੇ ਨੇ, ਆਪਣੀਆਂ ਜੇਬਾਂ ਖਜ਼ਾਨੇ ਆਪਣੇ ਭਰ ਰਹੇ ਨੇ। ਸੋ ਇਸੇ ਮਾਮਲੇ ਦੇ ਵਿੱਚ ਘੁਟਾਲਿਆਂ ਦੀ ਜੇਕਰ ਗੱਲ ਕਰੀਏ ਤਾਂ ਇੱਕ ਹੋਰ ਨਵਾਂ ਘੁਟਾਲਾ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੁੱਕਿਆ ਗਿਆ, ਉਹ ਨਕਲੀ ਬੀਜ ਘੁਟਾਲੇ ਦਾ ਚੁੱਕਿਆ ਗਿਆ। ਲਗਾਤਾਰ ਅਕਾਲੀ ਦਲ ਦੇ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ ਕਿ ਵੱਖ ਵੱਖ ਜਿਹੜੇ ਜੋ ਕਿਸਾਨ ਸੈਂਟਰ ਨੇ ਜਾਂ ਜੋ ਦੁਕਾਨਾਂ ਨੇ ਜੋ ਬੀਜ ਸਟੋਰ ਨੇ ਉੱਥੇ ਅਜਿਹੇ ਬੀਜ ਕਿਸਾਨਾਂ ਨੂੰ ਵੇਚੇ ਜਾ ਰਹੇ ਨੇ ਜਿਨ੍ਹਾਂ ਨੂੰ ਹਾਲੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪ੍ਰਮਾਣਿਤ ਹੀ ਨਹੀਂ ਕੀਤਾ, ਯਾਨੀ ਕਿ ਲਾਇਸੈਂਸ ਨਹੀਂ ਮਿਲਿਆ। ਫਿਰ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਨਵੇਂ ਬੀਜ ਨੇ ਉਹ ਕਿਸਾਨਾਂ ਤੱਕ ਪਹੁੰਚ ਰਹੇ ਨੇ, ਕਿਸਾਨਾਂ ਨੂੰ ਵੇਚੇ ਜਾ ਰਹੇ ਨੇ? ਇਸ ਮਾਮਲੇ 'ਤੇ ਹੁਣ ਹੌਲੀ ਹੌਲੀ ਕਿਉਂਕਿ ਦਬਾਅ ਸਰਕਾਰ 'ਤੇ ਬਣ ਰਿਹਾ, ਪੰਜਾਬ ਪੁਲਿਸ 'ਤੇ ਵੀ ਦਬਾਅ ਬਣ ਰਿਹਾ, ਇਸ ਕਰਕੇ ਅੱਜ ਜਿਹੜਾ ਪੰਜਾਬ ਦੇ DGP ਦਿਨਕਰ ਗੁਪਤਾ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਇੱਕ SIT ਯਾਨੀ ਕਿ ਸੈੱਟ ਬਿਠਾ ਦਿੱਤੀ ਹੈ ਅਤੇ ਇਹੀ ਹੁਣ ਜਿਹੜਾ ਇਸ ਪੂਰੇ ਮਾਮਲੇ ਦੀ ਜਾਂਚ ਕਰੇਗੀ। ਇੱਕ ਗ੍ਰਿਫਤਾਰੀ ਵੀ ਅੱਜ ਇਸ ਮਾਮਲੇ ਦੇ ਵਿੱਚ ਹੋਈ ਹੈ ਅਤੇ ਲਗਭਗ ਜਿਹੜੀਆਂ 12 ਡੀਲਰਸ਼ਿਪ ਨੇ ਉਹ ਘੇਰੇ ਦੇ ਵਿੱਚ ਨੇ ਪੰਜਾਬ ਪੁਲਿਸ ਦੇ। ਲਗਾਤਾਰ ਪੰਜਾਬ ਪੁਲਿਸ ਇਹਨਾਂ ਡੀਲਰਾਂ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਨਿਚੋੜ ਕੱਢਿਆ ਜਾ ਰਿਹਾ ਕਿ ਆਖਿਰ
किस दी शै इन्हां नूं प्राप्त सी अते किस तरीके दे नाल इह जिहड़े नकली बीज ने ओह बाज़ारां दे विच लिया के किसानां नूं वेच रहे सी। इस मसले ते भी असीं गल करांगे। चंडीगढ़ तो साडे सीनियर सहयोगी बिंदू सिंह लाइन ते जुड़नगे ते उहनां दे नाल गलबात करांगे। सो दोबारा तो जेकर आपां करोना वायरस की गल करते सी तां असीं जेकर अज की गल करिए तां जिस तरीके दे नाल हुण 2 महीने तो बाद असीं दोबारा घरां तो बाहर निकले हाँ तां असी कुछ जिहड़ी सरकार ने सानूं रियायत दित्ती है ते उहदी नजायज़ उहदा फायदा भी उठा रहे हैं। सो चंडीगढ़ तो साडे सीनियर पत्रकार बिंदू सिंह जुड़ चुके ने। बिंदू जी बहुत बहुत स्वागत है तुहाडा। बहुत बहुत धन्यवाद जी। बिंदू जी जिस तरीके दे नाल अज क्योंकि तुसी इस खबर ते पूरी दिन तो जिहड़े निगाह रख रहे सी पिछले दिनों तो भी तुसी इस खबर ते नज़र रख ले सी जिस तरीके दे नाल अज DGP पंजाब दिनकर गुप्ता ने SIT का गठन किया तुसी की समझते हो ते जेकर तुहाडे कोल जानकारी है तो यह भी दस दौ कि इस SIT दे विच किहड़े किहड़े अधिकारियों नूं शामिल किया गया जी। असल जमीन हैगी अपनी जिस घोटाले की गल की जा रही है PR 128 ते PR 129 दोनों के दोनों चीज ने इन्हों का बेसिकली मतलब अभी कह सकते हैं PAU तो जो ऑथराइज होता है बिल और प्रमाणित करते हैं ता ही जोड़ा है वो बाजार के बेचा जा सकता है। पर इन्हों बीज जोड़ा वो पिछले साल सिर्फ बीजों लिए ऐसा से दिता गया सी क्योंकि कोई भी जोड़े मैंबर होंगे है PAU के नाल जो किसान मैंबर होंगे बिंदू जी मैं सॉरी मैं तुहानू रोकना चाहूंगा तुहाडा थोड़ा नैटवर्क प्रॉब्लम दे रहा ते जेकर थोड़ा कष्ट कर सकते हो तो थोड़ा जा नैटवर्क तुहाडा फोन फड़ लवे तो ज्यादा बेहतर तुहाडी आवाज साडे तक पहुंचेगी जी। हाँ जी कंटिन्यू करो जी। जी ते इस करके बिंदू जी नैटवर्क प्रॉब्लम आ रही है असीं तुहाडे नाल दोबारा तो फिर कॉन्टैक्ट करांगे ते उम्मीद करदे हां कि हुणे जिहड़ा नैटवर्क आ ठीक हो जाएगा। सो गल करदे हां दोबारा तो फोन लाइन ते गल करांगे बिंदू सिंह दे नाल ते जिस तरीके दे नाल असीं गल कर रहे हां नकली बीज घोटाले दी ते बड़ी हैरानी दी गल हुंदी है क्योंकि सरकार हमेशा तो कह रही है कि असीं किसानां दे बारे बहुत कुछ सोच रहे हां। एक पासे किसान जिहड़े गन्ना काश्तकार ने उहनां नूं कई साल हो गए उन्हां दी जिहड़ी फसल आ उहदा पैसा ही नहीं मिलिया ते दूसरे पासे देखो घोटालिया दे सिलसिले दे विच नकली बीज दा मामला भी हुण सामने आ गया। पिछली अकाली भाजपा सरकार समय तुहानू याद होना कि नकली जिहड़ा पेस्टीसाइड सी उहदा भी जिहड़ा घोटाले दी गल सामने आई सी उदों कांग्रेस विरोधी धिर वजों सी ते कांग्रेस ने भी बड़ा उदों रौला पाया सी कि किसानां दे नाल ठगी वज रही है सरकार दे राज दे विच। बिल्कुल ठीक इस तरह ही हुण अकाली दल उही भूमिका निभा रहा यही इल्जाम जो कांग्रेस पहला अकाली दल की सरकार ते लगाउंदी सी उही इल्जाम अज एक पासे बैठी श्रोमणी अकाली दल कैप्टन सरकार ते लगा रही है। खैर एक तरीके नाल ठीक भी है क्योंकि जेकर ये जिहड़ी विरोधी पार्टियां ने जेकर यही साडे लोकां दीआं गल्लां दी आवाज़ है जिहड़ी वो नहीं चुकणगे तां काफ़ी ज़्यादा जिहड़े मसले ने वो इस तरह ही अंगौलिया हो सकते हैं। सो दोबारा तो फिर जुड़ चुके ने साडे नाल चंडीगढ़ तो सीनियर पत्रकार बिंदू सिंह जी। बिंदू जी थोड़ा नैटवर्क प्रॉब्लम करके जिहड़ी प्रॉब्लम आई सी ते उस करके असी जिहड़े तुहाडे साडे दर्शक भी ने वो तुहाडा जिहड़ा गल्लबात आ वो चंगे तरीके नाल नहीं सुन सके ते दोबारा तो मैं फिर सवाल यही कर दिंदा कि जिस तरीके दे नाल SIT हुण DGP ने बना दित्ती है किहड़े किहड़े अफसर इहदे विच शामिल ने ते जिहड़ी अज इक गिरफ्तारी हुई है जे उहदे बारे भी साडे दर्शकां नूं दस्सिओ ते। हाँ जी जी राव मैं इससे पहले सब तो पहले दसना चाहवांगी कि जिहड़ा अज गिरफ्तारी हुई है वो एक बंदे दी हुई है जिहड़ा कि एक किसान कह सकदे आ उहनूं जिहदे कोल कि 34 एकड़ जमीन हैगी है ते उह जगराओं दा रहण वाला हैगा बलजिंदर सिंह उहदा नाम हैगा जी। असल दे विच गल इह हुई है कि जिहड़ी PAU तो बीज जिहड़ा प्रमाणित होना हुंदा है
मंडी ਦੇ ਵਿੱਚ ਵੇਚਿਆ ਜਾ ਸਕਦਾ ਹੈ। ਇੱਥੇ ਬੀਜ ਦੀ ਗੱਲ ਹੋ ਰਹੀ ਹੈ ਪੀਆਰ 128 ਤੇ 129 ਝੋਨੇ ਦੇ ਬੀਜ ਦੀ ਜੀ। ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਸ ਬੰਦੇ ਨੂੰ ਪਿਛਲੇ ਸਾਲ ਜਿਹੜਾ ਹੈਗਾ ਉਹ ਬੀਜ ਦਿੱਤਾ ਗਿਆ ਸੀ, ਕਿਉਂਕਿ ਕੋਈ ਵੀ ਜਦੋਂ ਯੂਨੀਵਰਸਿਟੀ ਜਾਂ ਕੋਈ ਵੀ ਜਿਹੜਾ ਅਦਾਰਾ ਹੁੰਦਾ ਹੈ ਉਹ ਕਿਸੇ ਵੀ ਚੀਜ਼ ਨੂੰ ਪਹਿਲੇ ਮਤਲਬ ਕਿ ਬਾਜ਼ਾਰ ਚ ਲਿਆਉਣ ਦੇ ਬਾਅਦ ਤੋਂ ਪਹਿਲਾਂ ਜਿਹੜਾ ਐਕਸਪੈਰੀਮੈਂਟ ਦਾ ਦਰਪਾ ਟ੍ਰਾਇਲ ਇੱਕ ਟ੍ਰਾਇਲ ਵਜੋਂ ਦਿੱਤਾ ਉਹਦਾ ਜਿਹੜਾ ਟ੍ਰਾਇਲ ਲੈਣ ਵਾਸਤੇ ਇਹਨਾਂ ਨੂੰ ਬੀਜ ਦਿੱਤਾ ਗਿਆ ਸੀ ਥੋੜਾ ਜਿਹਾ ਕਿ ਤੁਸੀਂ ਬੀਜ ਕੇ ਦੇਖੋ ਵੀ ਇਹਦੀ ਖੇਤੀ ਕਿਵੇਂ ਦੀ ਹੋਏਗੀ, ਉਪਜ ਕਿਵੇਂ ਦੀ ਹੁੰਦੀ ਹੈ, ਕਿੰਨਾ ਜਿਹੜਾ ਇਹਦੇ ਚੋਂ ਨਿਕਲ ਸਕਦੀ ਹੈ, ਜਿਹੜੀ ਉਪਜ ਹੈਗੀ ਹੈ ਪ੍ਰੋਡਿਊਸ ਕਿੰਨੀ ਹੋਏਗੀ। ਪਰ ਇਹਨਾਂ ਇਸ ਬੰਦੇ ਨੇ ਫਿਰ ਜਾ ਕੇ ਉਹ ਬਰਾੜ ਸਟੋਰ ਤੇ ਵੇਚ ਦਿੱਤਾ ਅੱਗੇ ਬਿਨਾਂ ਆਥੋਰਾਈਜ਼ੇਸ਼ਨ ਦੇ, ਬਿਨਾਂ ਗਵਰਨਮੈਂਟ ਦੇ ਅਪਰੂਵਲ ਦੇ, ਬਿਨਾਂ ਪੀਏਯੂ ਯੂਨੀਵਰਸਿਟੀ ਦੀ ਅਪਰੂਵਲ ਦੇ। ਕ੍ਰਿਸ਼ੀ ਜਿਹੜੀ ਯੂਨੀਵਰਸਿਟੀ ਸਾਡੇ ਇੱਥੇ ਹੈਗੀ ਹੈ ਲੁਧਿਆਣਾ ਦੇ ਵਿੱਚ ਉਹਦੀ ਅਪਰੂਵਲ ਤੋਂ ਬਿਨਾਂ, ਉਸ ਦੇ ਨਾਲ ਜਿਹੜਾ ਹੈ ਹੋਰ ਵੀ ਅੱਗੇ ਦੀ ਅੱਗੇ ਫਿਰ ਚਲੇਗਾ, ਜਿਸ ਦੇ ਨਾਲ ਹੁਣ ਘੁਟਾਲੇ ਦਾ ਇੱਕ ਰੂਪ ਲੈ ਲਿਆ ਗਿਆ। ਔਰ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਇਸ ਤੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇੱਕ ਦੂਜੇ ਦੇ ਸਾਹਮਣੇ ਆਈਆਂ ਹੋਈਆਂ ਨੇ, ਔਰ ਖਾਸ ਕਰਕੇ ਜੇ ਵਿਰੋਧੀ ਦਲ ਦੀ ਗੱਲ ਕਰੀਏ ਆਪਾਂ ਸਾਰਿਆਂ ਦੀ ਤੇ ਅੱਜ ਦੇ ਦਿਨ ਦੇ ਵਿੱਚ 12 ਜਿਹੜੇ ਡੀਲਰਸ ਨੇ ਉਹਨਾਂ ਦੇ ਜਿਹੜੇ ਨੇ ਡੀਲਰਸ਼ਿਪਸ ਰੱਦ ਵੀ ਹੋਈਆਂ ਨੇ ਅੱਜ ਦੇ ਮਾਮਲੇ ਦੇ ਵਿੱਚ ਜੀ। ਤੇ ਜਿੱਥੋਂ ਤੱਕ ਐਸਆਈਟੀ ਦੀ ਗਠਿਤ ਕਰਨ ਦੀ ਤੁਸੀਂ ਗੱਲ ਕੀਤੀ ਹੈ ਉਸ ਦੇ ਵਿੱਚ ਜਿਹੜਾ ਹੈਗਾ ਇੱਕ ਤਾਂ ADGP ਨੇ ਇਹ ਚੀਜ਼ ਦੱਸੀ ਹੈ ਕਿ ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ ਜਿਹੜੇ ਹੈਗੀ ਹੈ PI PBI ਤੇ ਉਹਦੇ ਨਾਲ ਨਾਲ ਇਹਦੇ ਵਿੱਚ ਕਾਫੀ ਸਾਰੇ ਜਿਹੜੇ ਨੇ ਉਹ ਬਣਾਏ ਗਏ ਨੇ, ਸ਼ਾਮਿਲ ਕੀਤੇ ਗਏ ਨੇ। ਜਿਹੜੇ ਇਸ ਸ਼ਾਮਿਲ ਕੀਤੇ ਗਏ ਅਧਿਕਾਰੀ ਨੇ ਉਹਨਾਂ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਇੱਕ ਅਧਿਕਾਰੀ ਹੈ ਨੇ ਜਿਹੜੇ ਕਿ ਸ਼ਾਮਿਲ ਕੀਤੇ ਗਏ ਨੇ, ਤੇ ਕ੍ਰਾਈਮ ਬ੍ਰਾਂਚ ਤੋਂ ਜਿਹੜੇ ਨੇ ਉਹ ਮੈਂਬਰ ਨੇ ਇਹਨਾਂ ਦੇ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਉਹ ਮੈਂਬਰ ਨੇ, ਜਿਹੜੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਉਹ ਮੈਂਬਰ ਨੇ, ਡਿਪਟੀ ਕਮਿਸ਼ਨਰ ਪੁਲਿਸ ਅਮਨ ਤੇ ਕਾਨੂੰਨ ਉਹ ਵੀ ਮੈਂਬਰ ਹੋਣਗੇ, ਤੇ ਲੁਧਿਆਣਾ ਦੇ ਅਸ਼ਵਨੀ ਕਪੂਰ ਵੀ SIP ਦੇ ਵਿੱਚ ਸ਼ਾਮਲ ਨੇ। ਠੀਕ ਹੈ, ਤੇ ਇਹ ਸਾਰੇ ਦੇ ਸਾਰੇ ਜਿਹੜੇ ਨੇ ਇਹਨਾਂ ਦੇ ਵਿੱਚ ਅਧਿਕਾਰੀ ਜਿਹੜੇ ਨੇ ਸ਼ਾਮਲ ਕੀਤੇ ਗਏ ਨੇ, ਸਿੱਟ ਬਣਾਈ ਗਈ ਹੈ, ਤੇ ਉਹਦੇ ਇਸ ਦੇ ਨੀਚੇ ਹੀ ਇਹਦੀ ਜਿਹੜੀ ਅੱਗੇ ਦੀ ਕਾਰਵਾਈ ਕੀਤੀ ਜਾਏਗੀ। ਪਰ ਇਹਦੇ ਨਾਲ ਨਾਲ ਸਭ ਤੋਂ ਇੰਟਰਸਟਿੰਗ ਜਿਹੜੀ ਗੱਲ ਆਈ ਹੈ ਅੱਜ ਹਰਪਾਲ ਚੀਮਾ ਜਿਹੜੇ ਆਮ ਆਦਮੀ ਪਾਰਟੀ ਦੇ ਨੇਤਾ ਨੇ ਤੇ ਨਾਲੇ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ ਦੇ ਵਿੱਚ, ਉਹਨਾਂ ਨੇ ਕਿਹਾ ਹੈ ਕਿ ਇਹ ਇਹਦੀ ਇਨਕੁਆਇਰੀ ਜਿਹੜੀ ਜੁਡੀਸ਼ੀਅਲ ਇਨਕੁਆਇਰੀ ਕਰਵਾਈ ਜਾਣੀ ਚਾਹੀਦੀ ਹੈ ਹਾਈਕੋਰਟ ਤੋਂ, ਕਿਉਂਕਿ ਸਰਕਾਰ ਨੂੰ ਕਾਫੀ ਜ਼ਿਆਦਾ ਨਮੋਸ਼ੀ ਜ਼ਰੂਰ ਇਸ ਮਾਮਲੇ ਤੇ ਝੱਲਣੀ ਪੈ ਰਹੀ ਹੈ। ਦੇਖੋ ਇਸ ਦੇ ਵਿੱਚ ਸੁਜਿੰਦਰ ਰੰਧਾਵਾ ਨੂੰ ਵੀ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਨਿਸ਼ਾਨੇ ਤੇ ਲੈਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਗੱਲ ਕਰਨਾਲ ਤੋਂ ਤੁਰੀ ਹੋਈ ਹੈ, ਕਰਨਾਲ ਤੇ ਰਾਜਸਥਾਨ ਤੋਂ ਤੁਰੀ ਹੋਈ ਹੈ। ਉੱਥੋਂ ਦੀ ਜਿਹੜੀ ਕੁਛ ਇੱਕ ਕੰਪਨੀ ਸੀਗੀ ਕਿਹਾ ਜਾ ਰਿਹਾ ਵੀ ਉਹਦਾ ਜਿਹੜਾ ਸੀਗਾ ਉਹ ਕਿਤੇ ਉਹਦੀ ਰਜਿਸਟ੍ਰੇਸ਼ਨ ਨਹੀਂ ਸੀਗੀ, ਇਹਨੂੰ ਅੰਤਰ ਜਾਤੀ ਜਿਹਨੂੰ ਇੰਟਰਸਟੇਟ ਕਹਿੰਦੇ ਆ ਉਸ ਘੁਟਾਲੇ ਦੀ ਗੱਲ ਕੀਤੀ ਗਈ ਹੈ। ਇਸ ਕਰਕੇ ਬਿਲਕੁਲ ਫਜੀਹਤ ਜਿਹੜੀ ਹੋਈ ਹੈ ਸਰਕਾਰ ਦੀ, ਪਰ ਉਹਦੇ ਨਾਲ ਨਾਲ ਇਹ ਦੇਖਣਾ ਪਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਕਿਸ ਤਰੀਕੇ ਨਾਲ ਸਰਕਾਰ ਇਹਨੂੰ ਲੈਂਦੀ ਹੈ, ਕਿਉਂਕਿ ਬਹੁਤ ਹੀ ਜ਼ਿਆਦਾ ਗੰਭੀਰ ਮਾਮਲਾ ਹੈ। ਔਰ ਸਭ ਤੋਂ ਵੱਡੀ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਨਸੂਨ ਚੱਲ ਰਿਹਾ, ਜੇ ਮੌਨਸੂਨ ਸੈਸ਼ਨ ਦੇ ਵਿੱਚ ਕਿਤੇ ਵਿਧਾਨ ਸਭਾ ਆ ਗਈ ਤਾਂ ਡੈਫੀਨੇਟਲੀ ਵਿਧਾਨ ਸਭਾ ਦੇ ਵਿੱਚ ਬੀਜ ਘੁਟਾਲਾ ਜਿਹੜਾ ਹੈਗਾ ਉਹ ਇੱਕ ਵੱਡਾ ਮਾਮਲਾ ਰਹੇਗਾ। ਪਰ ਜਿਹੜਾ ਅੱਜ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਦੇ ਵਿਰੋਧੀ ਧਿਰ ਦੇ ਨੇਤਾ ਵੀ ਨੇ, ਉਹਨਾਂ ਨੇ ਜਿਹੜੇ ਲੀਡਰ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲੇ ਬੀਟੀ ਕਾਟਨ ਦਾ ਸੀਗਾ ਪਿਛਲੀ ਸਰਕਾਰਾਂ ਦੇ ਵਿੱਚ, ਉਸ ਦਾ ਵੀ ਉਹਨਾਂ ਨੇ ਜ਼ਿਕਰ ਉਹਦੇ ਨਾਲ ਘੁਟਾਲਾ ਤੇ ਇਸ ਠੀਕ ਹੈ। ਠੀਕ ਹੈ ਬਿੰਦੂ ਜੀ, ਬਹੁਤ ਬਹੁਤ ਸ਼ੁਕਰੀਆ। ਸੋ ਇਸ ਪੂਰੀ ਤਮਾਮ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਨਾਲ ਸਾਂਝੀ ਕਰਨ ਦੇ ਲਈ, ਸੋ ਸਾਡੇ ਸੀਨੀਅਰ ਪੱਤਰਕਾਰ ਚੰਡੀਗੜ੍ਹ ਤੋਂ ਬਿੰਦੂ ਸਿੰਘ ਸਾਡੇ ਨਾਲ ਜੁੜੇ ਸੀ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਖੇਤੀਬਾੜੀ ਨੇ, ਦੇਖੋ ਇੱਕ ਕਿਸਾਨ ਹੈ ਜਿਸਦੇ ਕੋਲ 34-35 ਏਕੜ ਜ਼ਮੀਨ ਸੀ, ਉਸਨੂੰ ਉਸ 'ਤੇ ਵਿਸ਼ਵਾਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਜਿਹੜਾ ਨਵਾਂ 128-129 ਦਾ ਜੋ ਝੋਨੇ ਦਾ ਬੀਜ ਹੈ ਉਹ ਇਸ ਕਿਸਾਨ ਨੂੰ ਦਿੱਤਾ ਸੀ ਕਿ ਠੀਕ ਹੈ ਤੁਸੀਂ ਆਪਣੇ ਖੇਤਾਂ ਦੇ ਵਿੱਚ ਇਸ ਦੀ ਲਗਾਓ, ਇਸ ਵਾਰ ਇਸ ਨੂੰ ਇਸ ਦੀ ਪੈਦਾਵਾਰ ਜਿਹੜੀ ਹੈ ਜਿਹੜੀ ਚੈੱਕ ਕੀਤੀ ਜਾਵੇ, ਕਿਉਂਕਿ 34-35 ਏਕੜ ਜ਼ਮੀਨ ਦੇ ਵਿੱਚ ਜੇਕਰ ਝੋਨਾ ਲਾਉਣਾ ਤਾਂ ਕਾਫੀ ਜ਼ਿਆਦਾ ਝੋਨੇ ਦੀ ਜਿਹੜੀ ਆ ਬੀਜ ਦੀ ਆ ਉਹ ਜ਼ਰੂਰਤ ਪਵੇਗੀ ਪਨੀਰੀ ਲਗਾਉਣ ਦੇ ਲਈ।
तो उही जिहड़ा किसान है तुसी देखो कि उसने ही जिहड़ा ये ब्राड बीज स्टोर ते जिहड़ा खेतीबाड़ी ने यूनिवर्सिटी ने उन्हें बीज दिता सी ट्रायल दे लई उही जिहड़ा तुसी उन्हें महंगे मुल दे विच जां जिस तरीके नाल कह लिए कि मूहों मंगे रेटां दे विच उन्हें इस बीज जिहड़ा बीज स्टोर है इस नूं वेच दिता ते इस बीज स्टोर वालिआं ने अगे उस तों भी ज़्यादा मुनाफा कमाउण दे लई महंगे मुल दे विच ये बीज किसानां नूं दे दिता ते किसान भी क्योंकि किसानां नूं हुंदा कि एक नवां बीज है बिल्कुल 128 129 यह बीज है काफ़ी ज़्यादा चंगी पैदावार यह करता लेकिन हाले जिहड़ा एक साल की घट्टो घट्ट इसकी पैदावार जरूर चैक की जानी चाहिए है इस तों बाद ही जिहड़ा इस बीज नूं स्टोरां ते किसानां दे लई लिआंदा जाऊगा। सो गल लगातार घोटालियां दी चल रही है ते साडे नाल फोन लाइन ते एक कॉलर जुड़े ने जी स्वागत है तुहाडा। स्वागत है जी तुहाडा। आवाज घट आ रही है जी की कह रहे हो? हाँ बिल्कुल ठीक है क्योंकि मैं भी यही देख रहा कि पूछा नहीं हाले तक बिल्कुल टवाणा साहब भी आउणगे जी फिलहाल जिहड़े परमिंदर सिंह टवाणा ने वो साडा सवेर का जिहड़ा प्रोग्राम है हैलो गलबात उसकी पेशकारी कर रहे ने कुछ कारणों के कारण वह शाम को जिहड़ा स्टूडियो दे विच नहीं पहुँच सकते तो इस करके जिहड़ी जिम्मेवारी है वह फिलहाल मेरे सिर मत्थे ते है ते मैं इस जिम्मेवारी नूं निभाउण दी पूरी कोशिश भी कर रहा तो उम्मीद करदा कि जिहड़ा तुहाडा जिहड़ा प्यार आ इस तरीके दे नाल सानूं मिलदा रहूगा। जी कोई होर गलबात करना चाह रहे हो? चलो मैं एक होर गल कर लैणा जी। करो जी जी करो जी। तो जनाब देखो तीन चार साल पहले गवर्नमेंट ऑफ इंडिया ने गंदी शहरों की लिस्ट बनाई थी एक जी। हेलो जी जी सुन रहे हैं जी बोलो। हाँ तो गंदे शहरों के बीच अपना मुक्तसर शहर सब तो पहले नंबर पे आया थी जी। तो देखो जलो मुक्तसर शहर का पवित्र शहर में असं साम ले सकते हैं उसे तीन जारी फीवर पिया तिने जारी उन्नी करप्शन हुई तिने जारी फीवर नहीं चलिया जी। तो देखो जी असं पवित्र शहर की खातर इन्ने अणगहली कर सकते हैं ਅਸੀਂ ਦੂਜੇ ਰੋਲ ਮੈਂ ਕਹੀ ਜਾਂਦੇ ਹਾਂ ਉਹਨੇ ਸਾਡਾ ਨੁਕਸਾਨ ਕਰਤਾ ਇਹਨੇ ਕਰਤਾ ਜਿਵੇਂ ਹੁਣ ਪਹਿਲੇ 5-6 June ਤੱਕ ਰਹੀ ਫਲਾਣੇ ਨੇ ਕਰਤਾ ਆਪਣਾ ਸਾਰਾ ਕਸੂਰ ਸਾਡਾ ਆਪਦਾ ਵਾ ਤੇ ਇਸ ਕਰਕੇ ਸਾਨੂੰ ਆਪਦੀ ਆਪਦੇ ਪੀੜ੍ਹੀ ਥੱਲੇ ਸੋਟਾ ਫੇਰ ਕੇ ਆਪਦਾ ਬਚਾਉਣਾ ਚਾਹੀਦਾ ਜਨਾਬ। ਓਕੇ ਓਕੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ। ਮੁਕਤਸਰ ਸਾਹਿਬ ਤੋਂ ਤੁਸੀਂ ਜੁੜੇ ਸੀ ਸਾਡੇ ਨਾਲ ਕਾਲਰ ਤੇ ਮੁਕਤਸਰ ਸਾਹਿਬ ਦੇ ਜਿਹੜੇ ਹਾਲਾਤ ਨੇ ਉਹ ਕੁਝ ਸਮੇਂ ਪਹਿਲਾਂ ਦੇ ਇਹਨਾਂ ਨੇ ਦੱਸੇ ਨੇ ਕਿ ਜਿਸ ਤਰ੍ਹਾਂ ਦੀ ਪਵਿੱਤਰ ਇਹ 40 ਮੁਕਤਿਆਂ ਦੀ ਧਰਤੀ ਆ ਅਤੇ ਜਿਹੜੀ ਗੰਦਗੀ ਦਾ ਜੋ ਸਿਸਟਮ ਉੱਥੇ ਬਹੁਤ ਜ਼ਿਆਦਾ ਜਿਹੜਾ ਬੁਰਾ ਹਾਲ ਹੈ ਅਤੇ ਹੁਣ ਤਾਂ ਬਿਲਕੁਲ ਸ਼ਾਇਦ ਥੋੜ੍ਹਾ ਬਹੁਤਾ ਜਿਹੜੀ ਸਰਕਾਰ ਹੈ ਜਾਂ ਫਿਰ ਜਿਹੜੀਆਂ ਨਗਰ ਕੌਂਸਲਾਂ ਨੇ ਉਹ ਜਾਂ ਫਿਰ ਨਗਰ ਨਿਗਮ ਨੇ ਇਸ ਤਰੀਕੇ ਦੇ ਨਾਲ ਥੋੜ੍ਹਾ ਅੱਗੇ ਵਧੇ ਨੇ ਕਿਉਂਕਿ ਮੁਕਤਸਰ ਸਾਹਿਬ ਦੇ ਵਿੱਚ ਵੀ ਪਿੱਛੇ ਜੇ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਸੀ ਕਿ ਇੱਕ ਅਤਿ ਆਧੁਨਿਕ ਮਸ਼ੀਨ ਨੂੰ ਵੀ ਸਰਕਾਰ ਲੈ ਕੇ ਆਈ ਸੀ ਰੋਬੋਟ ਮਸ਼ੀਨ ਉਹਨੂੰ ਆਖਿਆ ਜਾਂਦਾ ਅਤੇ ਜਿਹੜੀ ਸੀਵਰੇਜ ਦੀ ਸਫਾਈ ਕਰਦੀ ਆ ਤੋ ਲਗਾਤਾਰ ਜਿਹੜੀ ਇਹ ਸਮੱਸਿਆ ਸੀ ਇਹ ਪਿੱਛੇ ਜੇ ਸਰਕਾਰ ਨੇ ਇਹ ਸ਼ੁਰੂ ਕੀਤਾ ਸੀ ਕਿ ਸੀਵਰੇਜ ਆ ਜੋ ਬਲੋਕ ਪਿਆ ਉਸ ਨੂੰ ਇਸ ਮਸ਼ੀਨ ਦੇ ਨਾਲ ਚਾਲੂ ਕਰ ਦਿੱਤਾ ਜਾਵੇ। ਸੋ ਲਗਾਤਾਰ ਦਰਸ਼ਕੋ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਕਰੋਨਾ ਦੇ ਮਾਮਲਿਆਂ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਇਸ ਸਮੇਂ ਜੇਕਰ ਦੇਖੀਏ ਤਾਂ ਪੰਜਾਬ ਦੇ ਵਿੱਚ 279 ਕਰੋਨਾ ਦੇ ਪੋਜ਼ਿਟਿਵ ਮਾਮਲੇ ਨੇ ਲਗਾਤਾਰ ਵੱਧ ਰਹੇ ਨੇ 10 ਜਲੰਧਰ ਤੋਂ ਵਧੇ ਨੇ ਇੱਕ ਦੋ ਦਿਨ ਪਹਿਲਾਂ ਅੰਮ੍ਰਿਤਸਰ ਤੋਂ ਜਿਹੜੇ 12-15 ਮਾਮਲੇ ਸਾਹਮਣੇ ਆਏ ਸੀ ਬਠਿੰਡਾ ਤੋਂ ਵੀ ਆਏ ਸੀ ਪਟਿਆਲਾ ਤੋਂ ਵੀ ਜਿਹੜੇ ਬੀਤੇ ਦਿਨ 4 ਮਾਮਲੇ ਸਾਹਮਣੇ ਆਏ ਸੀ ਅੱਜ ਇੱਕ ਹੋਰ ਜਿਹੜਾ ਮਾਮਲਾ ਉਹ ਸਾਹਮਣੇ ਆਇਆ ਸੋ ਲਗਾਤਾਰ ਇਹ ਮਾਮਲੇ ਹੁਣ ਸਾਹਮਣੇ ਆ ਰਹੇ ਨੇ ਅਤੇ ਖਾਸ ਕਰ ਜਿਹੜੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਇਹ ਸੋਚੋ ਕਿ ਜਦੋਂ ਕਰੋਨਾ ਵਾਇਰਸ ਦਾ ਕਰਫਿਊ ਲੱਗਿਆ ਸੀ ਜਾਂ ਲੋਕਡਾਊਨ ਲੱਗਿਆ ਸੀ ਜਿਹੜੀ ਪੁਲਿਸ ਹੈ ਉਹ ਕਿਸ ਹੱਦ ਤੱਕ ਲੋਕਾਂ ਨੂੰ ਰੋਕਦੀ ਸੀ ਜਾਂ ਇਹ ਕਹਿ ਲਈਏ ਕਿ ਸਾਨੂੰ ਰੋਕਦੀ ਸੀ ਅਤੇ ਹੁਣ ਪੁਲਿਸ ਓਨੀ ਸਖਤਾਈ ਨਹੀਂ ਕਰ ਰਹੀ। ਹਾਂ ਬਿਲਕੁਲ ਇਹ ਗੱਲ ਇੱਕ ਜ਼ਰੂਰ ਹੈ ਕਿ ਕੈਪਟਨ ਸਾਹਿਬ ਨੇ ਜਿਹੜਾ ਜੁਰਮਾਨਾ ਹੈ ਉਹ ਜਿਹੜਾ ਡਬਲ ਤੋਂ ਵੀ ਜ਼ਿਆਦਾ ਕਰਤਾ ਤਿੱਗਣਾ ਕਰ ਦਿੱਤਾ ਜਿੱਥੇ ਤੁਸੀਂ ਪਹਿਲਾਂ ਮਾਸਕ ਨਹੀਂ ਪਾ ਕੇ ਜਾਂਦੇ ਸੀ ਤਾਂ ਤੁਹਾਨੂੰ 200 ਰੁਪਏ ਦਾ ਜੁਰਮਾਨਾ ਹੁੰਦਾ ਸੀ
जेकर तुसी पब्लिक स्थान ते बाहर किते थुक दंदे सी ते उसका भी तुहानू 200 रुपए जुर्माना देना पैंदा सी। इस जुर्माने नू बिल्कुल पंजाब सरकार ने वधा दिता है ते मास्क जेकर तुसी हुण नहीं पाया तां तुहानू 500 रुपया जिहड़ा जुर्माना वह देना पवेगा। जेकर तुसी जिहड़ा थुक दिता जनतक थां ते उस दे लई भी तुहानू जे तुसी फड़े गए तां 500 रुपए तुहाडे तों जुर्माना वसूल किया जाऊगा। एक थोड़े अंकड़े ने मेरे को तुहानू बिल्कुल सांझे कर लैंदे कि पिछले 14 दिनों दे विच पंजाब पुलिस या फिर सेहत विभाग कह लिए खास करके पंजाब पुलिस ने 40,000 के करीब विदाउट मास्क अते थुक्कण दे जिहड़े आ चलान किए ने ते इहदे विच 1.15 करोड़ रुपए जिहड़े हैगे इकट्ठे किए ने। जां कह लिए कि असी लोगों के उपर जिहड़ा इह बोझ पाया ते बोझ भी लोगों की अपनी ही अणगहली ते गलती करके पै रहा। मैं इस करके ये गल कह रहे हाँ तुहानू याद करा रहा वो दिन जदों पंजाब पुलिस बाहर निकले लोगों के दे उपर डंडे वराउंदी सी ते तुसी अज देख रहे हो कि पंजाब पुलिस जेकर किते इकट्ठ भी हो रहा या किते जा रहे हो या तुसी कुछ कर रहे हो जुर्माना तो लगा देंदी है लेकिन उन्नी सख्ती नहीं वरत रही। इस दे दो कारण ने। एक कारण यह है क्योंकि पहला पंजाब पुलिस का जो अक्ष जिहड़ा खराब हुई सी दिख पंजाब पुलिस एक बार फिर तो पुरानी पंजाब पुलिस लोग समझ लग गए कि बंदे नू बंदा पुलिस समझ नहीं रही ते बिना गलबात किते जो भी मिलिया उहदे डंडे बरसा दिते गए। एक तो इस इमेज नू भी जिहड़े DGP ने पंजाब पुलिस दे दिनकर गुप्ता वह भी जिहड़ा ठीक करना चाहते ने। हालांकि काफ़ी हद तक पिछले 1.5 महीने तो जेकर देखिए तो पंजाब पुलिस ने अपनी जिहड़ी दिख आ वह ठीक की है थोड़ा नरमी वाला रवैया अख्तियार किया। दूसरी गल ये है कि पुलिस कदों तक सानू रोकेगी जदों तक असी खुद ही जिहड़ी अपनी जिम्मेवारी नहीं समझते क्योंकि सब नू पता है हुण तुसी भी समझ चुके हो कि करोना वायरस किते नहीं जाण वाला करोना वायरस इत्थे ही रहेगा। करोना वायरस दे नाल ही सानू जीना सीखना पवेगा ते इह कह लो कि साडी जिंदगी दा एक तरीके दे नाल करोना वायरस हिस्सा बन चुकिया ते जदों तक इसकी कोई दवाई नहीं मिलती उदों तक सानू इस तरह के नाल सावधानी वरतनी पेगी ते घरां तों बाहर निकलण दे समय मास्क पाउणा जरूरी होगा। जिहड़ी विथ है वह 5 तों 6 फुट की किसी नाल गल करन समय वह भी रखनी पेगी। सो जेकर इन्हां असी गल्लां दा ख्याल रखांगे तां ही असी करोना वायरस तों बच के रह सकते हैं। नहीं तो तुसी देख लो कि भारत दे विच हुण 2 लाख के करीब जिहड़े करोना वायरस के मामले ने वह पहुँचण लगे ने। सो बड़ी हैरानी की गल है कि चीन जिस दे विच इह वायरस शुरू होया सी उस तो भी मौतों की गिणती विच साडा जिहड़ा देश भारत है वह भी हुण अगे चला गया ते अंकड़े बिल्कुल डराउण वाले ने। डरन की भी गल है इन्नी जेकर तुहानू खुल दित्ती गई है सानू खुल मिली है तो उहदा नजायज़ फायदा घट्टो घट्ट ना चुकिया जाए। एक जिम्मेवारी समझ के असी अपने काम कार करिए जो करोना वायरस नू इस तरह थल पाई जा सके उदों तक घट्टो घट जदों तक इसकी कोई दवाई नहीं बन जाती। सो बहुत बहुत शुक्रिया तमाम साथियों का पूरी साड़ी टीम का तो जिहड़े भी स्रोते साडे नाल जुड़े ने जिहड़े साडे मेहमान जिहड़े साडे रिपोर्टर इस अज दे ग्लोबल गल्लबात दे विच शामिल होए ने उहनां दा सारयां दा धन्नवाद असी करदे हां ते उम्मीद करदे हां कि कल नूं फिर तो जिहड़ी आ तुहाडी इसे समय 7:30 to 8:30 प्रोग्राम ग्लोबल गल्लबात दे विच एक बार फिर तो मुलाकात होवेगी। तद तक लई धन्नवाद रब रखा। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बैल आइकन वाले बटन ते क्लिक करो।